साढ़े बाबे नानक ने लखां करोड़ां किलोमीटर तुर के सफर तय करता, सानू 41 किलोमीटर की है। साड़ी ट्राली 10 किलोमीटर दूर है स्टेज तो, असीं चार चार गेड़े ला दिंदे आ, देखो किन्ने 40 किलोमीटर बन गया, असीं तां इक गेड़ा ही लाउणा उत्थों। सत श्री अकाल जी, सुरखाव टीवी देख रहे हो, मैं अमरप्रीत सिंह गुजरवाल। नौजवानों वालों वार बार मंग की जा रही थी बड़ा प्रोग्राम दो, बड़ा प्रोग्राम दो, तो भी कहा जा रहा है भी 26 जनवरी तो बाद दे विच किसान जथेबंदियां ने कोई ऐलान नहीं किया बड़े प्रोग्राम का। जे पंजाब दे विच रैलियां की गल चलीए करिए हर रैली दे विच हेठों आवाज़ आउंदी सी कोई बड़ा प्रोग्राम दिता जाए, हुण बड़ा प्रोग्राम दे दिता गया। बड़ा प्रोग्राम की है, मई महीने के पहले हफ्ते विच, हजे तरीक नहीं दसी गई, जल्दी ही तरीक भी अनाउंस कर दी जाऊगी किसान जथेबंदियों के वलों। अज पीसी की गई सी ते उन्हां दा कहना है मई महीने के पहले हफ्ते के विच संसद घेरांगे, तो संसद घेरन का जिहड़ा प्रोग्राम होएगा बार्डरां तो तुर के नौजवान जाणगे, नाल मातावां भैणां भी जाणगियां, हर वर्ग के लोग मजदूरां नूं भी जिहड़ी है बेनती की जाऊगी, मजदूर भी संसद घेरन के विच साडे नाल जाणगे। इस टाइम ट्राली दे विच खड़े हाँ, बड़े समय बाद ये रौनकां देखण नूं मिलदियां ने। हुण बार्डर के उपर नौजवान आने शुरू हो गए ने, कुछ सवाल होणगे कि संसद घेरन जाण समय नाल ट्रैलियां ट्रैक्टर भी जाणगे जां कुछ होर प्रबंध किया जाऊगा जां तुर के ही जाणगे नौजवान, जिवें किसान जथेबंदियां दा कहना है कि पहलां वालियां मुश्किलां दुबारा तेरी आ जाणगियां। ये बहुत सारे सवाल मन दे विच ने, वीर साडे नाल ने इस वेले ट्राली दे विच खड़े हाँ ते जा रहे हाँ बार्डर तों पंजाब वाली साइड नूं, गलबात करदे हां वीरां दे नाल। हाँ जी वीर जी, संसद घेरन दा प्रोग्राम जिहड़ा हैगा उह वड्डे तौर दे उपर कॉल दे दित्ती गई है, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਤੁਰ ਕੇ ਜਾਣਾ ਹੈ ਕਹਿੰਦੇ ਦਿੱਲੀ ਤੱਕ? ਦੇਖੋ ਜੀ, ਜਿਵੇਂ ਵੀ ਸਾਡੇ ਲੀਡਰ ਸਾਨੂੰ ਆਰਡਰ ਦੇਣਗੇ, ਪਹਿਲਾਂ ਵੀ 26 ਦੀ ਕਾਲ ਕਰੀ ਸੀ ਉਹਨਾਂ ਨੇ, ਸਾਰੇ ਪੰਜਾਬ ਨੇ, ਯੂਥ ਨੇ, ਮਾਈਆਂ ਨੇ, ਬਜ਼ੁਰਗਾਂ ਨੇ, ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ ਇਸ ਚੀਜ਼ 'ਚ। ਜੇ ਹੁਣ ਦੇਖੋ ਯੂਥ ਵੀ, ਹਰ ਇੱਕ ਹੀ ਪੰਜਾਬੀ ਇਸ ਚੀਜ਼ ਦੀ ਵੇਟ ਕਰ ਰਿਹਾ, ਕਿਉਂਕਿ ਬਹੁਤ ਲੰਬਾ ਸਮਾਂ ਲੰਘ ਗਿਆ ਇੱਥੇ ਵੀ, ਚਲੋ ਬੈਠਦੇ ਹਾਂ, ਆਪਣੇ ਖਰਚੇ ਵੀ ਦੇਖੋ ਆ ਹੀ ਰਹੇ ਨੇ ਜ਼ਿਆਦਾ। ਹੁਣ ਦੇਖੋ ਗਰਮੀ ਦਾ ਮੌਸਮ ਆ ਗਿਆ, ਹਰ ਇੱਕ ਪਿੰਡ ਤੋਂ ਵੱਲ ਆਪਦੀ ਟਰੈਲੀ ਤਿਆਰ ਕਰਕੇ ਲੈ ਕੇ ਆ ਰਹੇ ਆ ਮੱਛਰ ਤੋਂ, ਇੱਥੋਂ ਗਰਮੀ ਤੋਂ ਬਚਣ ਵਾਸਤੇ। ਅਤੇ ਜਿਵੇਂ ਉਹ ਕਹਿਣਗੇ ਉਹਨਾਂ ਦੇ ਨਾਲ ਅਸੀਂ ਸਹਿਯੋਗ ਦੇਵਾਂਗੇ, ਨਾਲ ਵੱਧ ਚੜ੍ਹ ਕੇ ਜਾਵਾਂਗੇ, ਜਿਵੇਂ ਸਾਡੀ ਜਥੇਬੰਦੀਆਂ ਕਹਿਣਗੀਆਂ ਉਕਣੇ ਹੀ ਅਸੀਂ ਉਹਨਾਂ ਦੇ ਸਿਰ ਮੱਥੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ। ਬਾਪੂ ਜੀ, ਜੇ ਮੈਪ ਖੋਲ੍ਹ ਕੇ ਦੇਖੀਏ ਇਸ ਬਾਰਡਰ ਤੋਂ, ਠੀਕ 41 ਕਿਲੋਮੀਟਰ ਜਿਹੜੀ ਆ ਉਹ ਸੰਸਦ ਬਣਦੀ ਹੈ। ਬਜ਼ੁਰਗਾਂ ਨੂੰ ਵੀ ਕੌਲ ਦਿੱਤੀ ਜਾਣੀ ਹੈ, ਜਿਹਦੇ ਵਿੱਚ ਪਹਿਲਾਂ ਦੀ ਤਰ੍ਹਾਂ 60-70 ਸਾਲ ਦੇ ਬਜ਼ੁਰਗ ਵੀ ਹੋਣਗੇ। ਤੁਹਾਡੀ ਕਿਵੇਂ ਤਿਆਰੀ ਹੋਏਗੀ ਸੰਸਦ ਘੇਰਨ ਦੇ ਲਈ? ਤਿਆਰੀ ਤਾਂ ਸਾਰਿਆਂ ਦੀ ਹੋਊਗੀ, ਬਜ਼ੁਰਗ ਪਿੱਛੇ ਨਹੀਂ ਹਟਦੇ ਹੈਗੇ, ਬਜ਼ੁਰਗ ਯੂਥ ਨਾਲ ਮੂਹਰੇ ਚੱਲਦੇ ਨੇ, ਅਸੀਂ ਮੂਹਰੇ ਚੱਲਾਂਗੇ ਯੂਥ ਤੋਂ ਵੀ। ਜਿਵੇਂ ਕਹਿੰਦੇ ਖਾਧੀਆਂ ਖੁਰਾਕਾਂ ਕੰਮ ਆਉਂਦੀਆਂ, ਹੁਣ ਖਾਧੀਆਂ ਖੁਰਾਕਾਂ ਕੰਮ ਆਉਂਦੀਆਂ? ਬਿਲਕੁਲ ਆਉਂਦੀਆਂ ਨੇ ਜੀ, ਬਿਲਕੁਲ ਆਉਂਦੀਆਂ ਨੇ ਜੀ ਜੀ, ਹਾਂ ਬਿਲਕੁਲ ਤਿਆਰੀ ਹੈ, ਪੂਰੀ ਤਿਆਰੀ ਹੈ ਜੀ 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 ਜੀ। ਹੋਰ ਵੀਰ ਸਾਡੇ ਨਾਲ ਨੇ, ਵੀਰ ਜੀ ਸਫ਼ਰ ਕਾਫੀ ਜ਼ਿਆਦਾ ਲੰਮਾ ਹੋ ਜਾਣਾ ਹੈ, ਇੱਥੋਂ 40-41 ਕਿਲੋਮੀਟਰ ਜੇ ਆਪਾਂ ਮੈਪ 'ਤੇ ਦੇਖਦੇ ਹਾਂ ਤਾਂ ਸਫ਼ਰ ਬਣਦਾ। ਨੌਜਵਾਨਾਂ ਦੀ ਕਿਵੇਂ ਤਿਆਰੀ ਹੋਏਗੀ? ਕਹਿੰਦੇ ਨੇ ਨੌਜਵਾਨ ਤਾਂ ਨਸ਼ਈ ਹੋ ਚੱਲੇ ਨੇ ਕਿਹਾ ਜਾਂਦਾ ਸੀਗਾ, ਪਰ ਅਸੀਂ ਦੇਖਿਆ ਇੱਥੇ ਤਾਂ ਜਿੰਮ ਮਾਰਦੇ ਨੇ, ਕਬੱਡੀ ਖੇਡਦੇ ਨੇ, ਆ ਬਾਸਕਟਬਾਲ ਖੇਡਦੇ ਨੌਜਵਾਨ ਨਜ਼ਰੀ ਪੈਂਦੇ ਨੇ। ਤਿਆਰੀ ਹੋਏਗੀ 40 ਕਿਲੋਮੀਟਰ ਤੁਰ ਕੇ ਜਾਣ ਦੀ? ਜਿਹੜੇ ਤਾਂ ਤੁਸੀਂ ਕਰਦੇ ਹੋ ਨਸ਼ੇ ਦੀ ਗੱਲ, ਇਹ ਤਾਂ ਨੌਜਵਾਨਾਂ ਨੇ ਇੱਥੇ ਦਿੱਲੀ ਦੇ ਵਿੱਚ ਜੋ ਕੁਛ ਕਰਿਆ ਉਹ ਸਾਬਤ ਕਰਤਾ ਪੰਜਾਬ ਦੇ ਨੌਜਵਾਨਾਂ ਨੇ ਵੀ, ਨੌਜਵਾਨ ਨਸ਼ੇੜੀ ਨੇ ਜਾਂ ਨਹੀਂ। ਇਹ ਕੁਛ ਥੋੜ੍ਹੇ ਲੀਡਰਾਂ ਨੇ ਪੰਜਾਬ ਨੂੰ ਬਦਨਾਮ ਕਰਨ ਲਈ, ਆਪਣੀ ਰਾਜਨੀਤੀ ਚਮਕਾਉਣ ਲਈ ਪੰਜਾਬ ਨੂੰ ਬਦਨਾਮ ਕਰਿਆ ਸੀ। ਪੰਜਾਬ ਦਾ ਨੌਜਵਾਨ ਕੋਈ ਨਸ਼ੇੜੀ ਨਹੀਂ ਹੈਗਾ, ਤੁਸੀਂ ਰੋਜ਼ ਇੱਥੇ ਕਵਰੇਜ ਕਰਦੇ ਹੋ, ਨੌਜਵਾਨ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ, ਕਰ ਰਹੇ ਨੇ। ਦੂਜੀ ਗੱਲ ਜਿਹੜੇ ਤੁਸੀਂ ਕਰਦੇ ਹੋ ਵੀ ਕਹਿੰਦੇ ਹੋ ਇੰਨੇ ਕਿਲੋਮੀਟਰ ਹੈ, ਅਸੀਂ ਉਸ ਗੁਰੂ ਦੀ ਅੰਸ਼ਵੰਸ਼ ਹੈ, ਸਾਡੇ ਬਾਬੇ ਨਾਨਕ ਨੇ ਲੱਖਾਂ ਕਰੋੜਾਂ ਕਿਲੋਮੀਟਰ ਤੁਰ ਕੇ ਸਫ਼ਰ ਤੈਅ ਕਰਦਾ, ਸਾਨੂੰ 41 ਕਿਲੋਮੀਟਰ ਕੀ ਹੈ? ਜਿਹੜੀਆਂ ਮਰਜ਼ੀ ਰੋਕਾਂ ਹੋਣ, ਜਿੱਦਾਂ ਅਸੀਂ ਆਪਾਂ ਪੰਜਾਬ ਤੋਂ ਹੈ, ਉੱਥੇ ਇੱਕ ਕਬੱਡੀ ਦੇ ਟੂਰਨਾਮੈਂਟ ਹੁੰਦੇ ਨੇ, ਉੱਥੇ ਰੌਲੇ ਬਹੁਤ ਪੈਂਦੇ ਨੇ ਮੁੰਡਿਆਂ ਦੇ, ਪਰ ਵਾਰ ਵਾਰ ਸਟੇਜ ਤੋਂ ਇਹੀ ਅਨਾਊਂਸਮੈਂਟ ਹੁੰਦੀ ਵੀ ਰੈਫਰੀ ਦਾ ਫੈਸਲਾ ਅਟੱਲ ਹੋਊਗਾ, ਜੋ ਸਾਡਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦਾ ਜੋ ਵੀ ਫੈਸਲਾ ਹੋਊਗਾ ਅਸੀਂ ਸਾਰੇ ਨੌਜਵਾਨ ਸਾਰੇ ਉਸ ਫੈਸਲੇ ਦੇ ਫੁੱਲ ਚੜਾਵਾਂਗੇ, ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹਦੇ 'ਤੇ ਕੋਈ ਕਿੰਤੂ ਪਰੰਤ ਨਹੀਂ ਹੋਊਗਾ ਉਹਨਾਂ ਦੀ ਅਗਵਾਈ ਦੇ ਵਿੱਚ। ਜਿੱਦਾਂ ਆਪਣੇ ਕਨਵਰ ਗਰੇਵਾਲ ਸਾਹਿਬ ਨੇ ਕਿਹਾ, ਹੋਸ਼ ਅਤੇ ਜੋਸ਼ ਦੋਨੋਂ ਬਣਾ ਕੇ ਅਤੇ ਉਹਨਾਂ ਦੀ ਅਗਵਾਈ ਦੇ ਹੇਠ ਕੰਮ ਕਰਾਂਗੇ। ਚੜੂਨੀ ਸਾਹਿਬ ਤੋਂ ਅਸੀਂ ਪੁੱਛਿਆ, ਗੁਰਨਾਮ ਸਿੰਘ ਜੀ ਚੜੂੰਦੀ ਨੇ, ਅਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ 40 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕਰਨਾ ਸੰਸਦ ਤੱਕ ਪਹੁੰਚਣਾ, ਰਾਹ ਦੇ ਵਿੱਚ ਬੈਰੀਗੇਟ ਵੀ ਹੋ ਸਕਦੇ ਨੇ, ਰਾਹ ਦੇ ਵਿੱਚ ਪੁਲਿਸ ਖੜ੍ਹੀ ਹੋ ਸਕਦੀ ਹੈ, ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਹੈ, ਅਸੀਂ ਕਿਹਾ ਵੀ ਇੱਕ ਦਿਨ ਦੇ ਵਿੱਚ ਪਹੁੰਚ ਜਾਓਗੇ? ਕਹਿੰਦੇ 2 ਦਿਨ ਲੱਗ ਜਾਣਗੇ, 3 ਦਿਨ ਲੱਗ ਜਾਣਗੇ, ਚੜ੍ਹਦੀ ਕਲਾ ਦਾ ਬਿਆਨ ਦੇ ਰਹੇ ਨੇ ਚੜੂਨੀ ਸਾਹਿਬ।
ਤੁਹਾਡਾ ਕੀ ਕਹਿਣਾ ਵੀਰ ਜੀ ਦੇਖੋ ਅਸੀਂ ਪੰਜਾਬ ਤੋਂ ਚੱਲੇ ਤੇ ਸਾਨੂੰ ਸੰਘੂ ਪਹਿਲਾਂ ਸੰਭੂ ਬਾਰਡਰ ਤੇ ਰੋਕਿਆ ਗਿਆ ਅਸੀਂ ਉੱਥੋਂ ਚੱਲੇ ਫਿਰ ਸਾਨੂੰ ਦਿੱਲੀ ਦੇ ਉੱਤੇ ਆ ਗਏ ਅਸੀਂ ਤਾਂ ਜਦੋਂ ਸਟੇਜ ਤੱਕ ਜਾਂਦੇ ਹਾਂ ਅਸੀਂ ਚਾਰ ਚਾਰ ਗੇੜੇ ਸਟੇਜ ਤੇ ਲਾਦੇ ਹਾਂ ਸਾਡੀ ਟਰਾਲੀ 10 ਕਿਲੋਮੀਟਰ ਦੂਰ ਆ ਸਟੇਜ ਤੋਂ ਅਸੀਂ ਚਾਰ ਚਾਰ ਗੇੜੇ ਲਾ ਦਿੰਦੇ ਹਾਂ ਦੇਖੋ ਕਿੰਨੇ 40 ਕਿਲੋਮੀਟਰ ਬਣ ਗਿਆ ਅਸੀਂ ਤਾਂ ਇੱਕ ਗੇੜਾ ਹੀ ਲਾਉਣਾ ਉੱਥੋਂ ਸਾਰਾ ਬੜਾ ਜੋਸ਼ ਆਇਆ ਸਾਨੂੰ ਇੱਕ ਗੇੜਾ ਬਣਦਾ ਸਾਡਾ ਅਸੀਂ ਸਟੇਜ ਤੱਕ ਰੋਜ਼ ਚਾਰ ਚਾਰ ਗੇੜੇ ਲਾ ਦਿੰਦੇ ਹਾਂ ਸਾਡੇ ਸਾਰੇ ਜਥੇਬੰਦੀਆਂ ਜੋ ਵੀ ਸਾਨੂੰ ਦਿੰਦੀਆਂ ਨੇ ਪ੍ਰੋਗਰਾਮ ਅਸੀਂ ਉਹਦੇ ਸਿਰ ਮੱਥੇ ਮੰਨਦੇ ਹਾਂ ਸਾਨੂੰ ਤਾਂ ਅਸੀਂ ਤਾਂ ਇੱਕ ਗੇੜਾ ਲਾਉਣਾ ਸੀ ਚਾਰ ਚਾਰ ਗੇੜੇ ਲਾਉਣ ਦੀ ਸਾਨੂੰ ਕੀ ਲੋੜ ਹੈ ਅਸੀਂ ਤਾਂ ਇੱਕ ਗੇੜਾ ਲਾ ਕੇ ਮੁੜ ਆਵਾਂਗੇ ਉੱਥੋਂ ਮਹਿਲਾ ਦਿਵਸ ਦੀ ਆਪਾਂ ਗੱਲ ਕਰਦੇ ਹਾਂ ਮਹਿਲਾ ਦਿਵਸ ਤੇ ਬਹੁਤ ਇਕੱਠ ਹੋਇਆ ਸੀ ਹੁਣ ਵੀ ਮਈ ਮਹੀਨੇ ਦੇ ਪਹਿਲੇ ਹਫ਼ਤੇ ਦੀ ਜਿਹੜੀ ਕਾਲ ਦਿੱਤੀ ਗਈ ਹੈ ਸੰਸਦ ਘੇਰਨ ਦੇ ਲਈ ਕਿਹਾ ਗਿਆ ਹੈ ਵੀ ਔਰਤਾਂ ਵੀ ਵੱਧ ਚੜ ਕੇ ਪਹੁੰਚਣ ਤੇ ਲੱਗਦਾ ਨਹੀਂ ਵੀ ਜਿਹੜੀਆਂ ਮਤਾਵਾਂ ਨੇ ਹੱਥ ਦੇ ਵਿੱਚ ਖੁੰਡੀ ਵਾਲੀਆਂ ਸਭ ਤੋਂ ਅੱਗੇ ਨੂੰ ਜਾਣਗੀਆਂ ਸਾਡੀਆਂ ਮਤਾਵਾਂ ਨੇ ਕਹਿੰਦਾ ਵੀ ਤੁਸੀਂ ਆ ਜਾਓ ਕਰਿਆ ਸੀ ਵਾਢੀ ਕਰੋ ਅਸੀਂ ਸਾਰਾ ਮੋਰਚਾ ਅਸੀਂ ਸੰਭਾਲ ਲਾਂਗੇ ਜੇ ਕੋਈ ਕਾਲ ਆ ਗਈ ਤਾਂ ਬਾਕੀ ਸਾਡੇ ਸਾਰੇ ਪਰਿਵਾਰ ਦੇ ਜਾਂ ਸਾਰੇ ਜਿੰਨੇ ਵੀ ਲੋਕ ਨੇ ਮਤਾਵਾਂ ਸਾਡੇ ਕਹਿੰਦੇ ਵੀ ਅਸੀਂ ਸਾਰਾ ਪ੍ਰੋਗਰਾਮ ਅਸੀਂ ਉਰੇ ਸਾਂਭਾਂਗੇ ਤੁਸੀਂ ਵਾਢੀ ਵੀ ਕਰੋ ਉਰੇ ਆ ਗਏ ਜੋ ਵੀ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਖੜੇ ਹਾਂ ਕੋਈ ਐਸੀ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਵੀ ਨਹੀਂ ਹੋ ਸਕਦੀ ਸਾਡਾ ਸਾਰੇ ਆਪਣੇ ਸਾਰੇ ਦੇਖੋ ਸਾਰਾ ਸੰਸਾਰ ਆਪਣੇ ਜਿਵੇਂ ਪੰਜਾਬ ਹੈ ਸਾਰੇ ਹਰਿਆਣੇ ਵਾਲੇ ਵੀਰ ਨੇ ਇੱਧਰੋਂ ਆਪਣੇ MP ਵਾਲੇ ਸਾਰੇ ਨਾਲ ਨੇ ਸਾਰੀਆਂ ਮਤਾਵਾਂ UP ਰਾਜਸਥਾਨ ਕਿਸੇ ਤਰ੍ਹਾਂ ਦੀ ਕੋਈ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਜਿਵੇਂ ਸਾਨੂੰ ਜਥੇਬੰਦੀਆਂ ਕਹਿਣਗੀਆਂ ਅਸੀਂ ਉੱਦਾਂ ਕਰਨ ਨੂੰ ਤਿਆਰ ਹਾਂ ਹਰ ਮਤੇ ਸਾਨੂੰ ਕੋਈ ਪ੍ਰੋਬਲਮ ਨਹੀਂ 40 ਕਿਲੋਮੀਟਰ ਕਿੱਡੀ ਦੂਰ ਹੈ 40 ਕਿਲੋਮੀਟਰ ਦਾ ਅਸੀਂ ਤਾਂ ਰੋਜ਼ ਕੱਢ ਦਿੰਦੇ ਹਾਂ ਜੀ ਹਾਂ ਅਸੀਂ ਤਾਂ ਜਿਵੇਂ ਵੀਰ ਜੀ ਟਕੈਤ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ 40 ਲੱਖ ਟਰੈਕਟਰ ਹੁਣ ਦਿੱਲੀ ਦੇ ਵਿੱਚ ਗੂੰਜਣਗੇ ਸੰਸਦ ਘੇਰਾਂਗੇ ਪਰ ਉਦੋਂ ਬਾਅਦ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਹੁਣ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਸੰਯੁਕਤ ਮੋਰਚੇ ਵੱਲੋਂ ਇਹ ਕਿਹਾ ਗਿਆ ਵੀ ਆਪਾਂ ਤੁਰ ਕੇ ਜਾਵਾਂਗੇ ਵੀ ਪਹਿਲਾਂ ਦੀ ਤਰ੍ਹਾਂ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ 26 ਜਨਵਰੀ ਦੀ ਤਰ੍ਹਾਂ ਤੁਰ ਕੇ ਜਾਣਾ ਜ਼ਿਆਦਾ ਬੈਟਰ ਨਹੀਂ ਰਹੇਗਾ ਉਹ ਬੈਟਰ ਰਹੇਗਾ ਜਿਵੇਂ ਕਿ 40 ਜਥੇਬੰਦੀਆਂ ਆਪਣੀਆਂ ਖੜੀਆਂ ਨੇ ਜੋ ਉਹਨਾਂ ਦਾ ਹੁਕਮ ਹੋਊਗਾ ਉਹ ਅਸੀਂ ਮੰਨਾਂਗੇ ਠੀਕ ਹੈ ਇਹ ਤਾਂ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਨਾ ਉਹ ਗੱਲ ਕਰਤੀ ਮੋਦੀ ਨੇ ਸਾਡੇ ਵੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਠੀਕ ਹੈ ਉਹ ਇਹਨੇ ਕਰਤਾ ਪਰ ਅਸੀਂ ਇਹ ਤਿੰਨੇ ਕਾਨੂੰਨ ਰਿਪੀਲ ਕਰਾ ਕੇ ਜਾਵਾਂਗੇ ਉਂਝ ਨਹੀਂ ਮੁੜਦੇ ਹੁਣ ਨਹੀਂ ਮੁੜਦੇ ਯਾਰ ਚੰਡੀਗੜ੍ਹ ਵਾਲੀਏ ਅਤੇ ਵੀਰੇ ਜਿਹੜੀ ਫੁੱਲ ਤਿਆਰੀ ਹੋਏਗੀ ਤੁਸੀਂ ਵੀ ਹੁਣ ਜਿਵੇਂ ਕੋਈ ਕੰਮ ਕਰਕੇ ਆਏ ਹੋ ਜਿਵੇਂ ਕੋਈ ਸਮਾਨ ਵੰਡ ਕੇ ਆਏ ਹੋਵੋਗੇ ਸੇਵਾ ਵੀ ਨਾਲ ਦੀ ਨਾਲ ਕਰਦੇ ਹੋ ਹੈ ਨਾ ਨੌਜਵਾਨਾਂ ਨੂੰ ਕੀ ਤੁਸੀਂ ਵੀ ਆਪਣੇ ਤੌਰ ਦੇ ਉੱਪਰ ਕਹੋਗੇ ਵੀ ਇਸ ਵਾਰ ਜਾਬਤੇ ਦੇ ਵਿੱਚ ਰਹਿਣਾ ਹੁੱਲੜਬਾਜ਼ੀ ਨਹੀਂ ਕਰਨੀ ਅਤੇ ਕੋਈ ਇੱਧਰ ਉੱਧਰ ਨਹੀਂ ਜਾਣਾ ਆਪਾਂ ਨੇ ਕਈ ਵਾਰ ਜਿਹੜਾ ਪ੍ਰੋਗਰਾਮ ਹੈ ਉਹ ਸੰਸਦ ਦੇ ਵੱਲ ਨੂੰ ਹੀ ਹੋਣਾ ਚਾਹੀਦਾ ਉੱਥੇ ਉਹੀ ਘੇਰਨਾ ਆਪਾਂ ਨੇ ਹਾਂਜੀ ਇਹ ਡਿਸਿਪਲਨ ਜ਼ਰੂਰੀ ਆ ਜੋ ਜਥੇਬੰਦੀਆਂ ਦਾ ਕਹਿਣਾ ਵੀ ਸ਼ਾਂਤਮਈ ਜੋ ਸਾਰਾ ਹੋਸ ਦੇ ਵਿੱਚ ਰਹਿਣਾ ਵੀ ਸ਼ਾਂਤਮਈ ਰਹਿਣਾ ਉਹ ਸਾਡੇ ਜਥੇਬੰਦੀਆਂ ਦੇ ਲੀਡਰ ਸਾਨੂੰ ਵਧੀਆ ਗਵਾਹੀ ਦੇ ਰਹੇ ਨੇ ਵੀ ਚਲੋ 26 ਦਾ ਜੋ ਹੋਇਆ ਸੋ ਹੋਇਆ ਪਰ ਇਦੋਂ ਵੱਧ ਸਾਡੇ ਨੌਜਵਾਨ ਕੋਈ ਇਹੋ ਜਿਹੇ ਉਹ ਨਹੀਂ ਕਰਨਗੇ ਵੀਰ ਜੀ ਇੱਥੇ ਦਾ ਕੀ ਮਾਹੌਲ ਹੈ ਹੁਣ ਕੋਈ ਜਾਬਤੇ ਵਿੱਚ ਰਹਿ ਕੇ ਸਾਰੇ ਵਿਚਰਦੇ ਨੇ ਕੋਈ ਲੜਾਈ ਝਗੜਾ ਜਾਂ ਕੋਈ ਇੱਦਾਂ ਦੀ ਗੱਲਬਾਤ ਤਾਂ ਨਹੀਂ ਹੈਗੀ ਜੇ ਆਪਾਂ ਸੰਸਦ ਦੇ ਵਿੱਚ ਜਾਣ ਦੀ ਗੱਲ ਕਰੀਏ ਤਾਂ ਫੁੱਲ ਤਿਆਰੀ ਹੋਊਗੀ ਤੁਹਾਡੇ ਮੁਤਾਬਕ ਹਾਂ ਜੀ ਸਾਡੇ ਵੱਲੋਂ ਫੁੱਲ ਤਿਆਰੀ ਹੋਊਗੀ ਕੋਈ ਲੜਾਈ ਵਾਲਾ ਨਹੀਂ ਮਾਹੌਲ ਹੋਏਗਾ ਜਿਹੜੀ ਪਹਿਲਾਂ ਗਲਤੀ ਹੋਊਗੀ ਉਹਨੂੰ ਪਹਿਲਾਂ ਪਛਤਾਉਂਦੇ ਨੇ ਹੁਣ ਅਤੇ ਜਥੇ ਬੰਦੇ ਰਲ ਕੇ ਮਿਲ ਕੇ ਜਿਵੇਂ ਕਹਿਣਗੇ ਉਵੇਂ ਚੱਲਾਂਗੇ ਨੌਜਵਾਨਾਂ ਨੂੰ ਆਵਾਜ਼ ਮਾਰੋਗੇ ਫੋਨ ਕਾਲ ਆਪਦੇ ਤੌਰ ਦੇ ਉੱਪਰ ਰਿਸ਼ਤੇਦਾਰਾਂ ਨੂੰ ਨੌਜਵਾਨਾਂ ਨੂੰ ਕਹੋਗੇ ਭਾਈ ਵੱਧ ਚੜ ਕੇ ਆਓ ਹਾਂ ਜੀ ਨੌਜਵਾਨ ਨੂੰ ਪੰਜਾਬ 'ਚ ਜਾ ਕੇ ਅਪੀਲ ਕਰਾਂਗੇ ਰੋਡ ਸ਼ੋਅ ਕਰਾਂਗੇ ਵੀ ਜਾ ਕੇ ਵੱਧ ਚੜ ਕੇ ਹਿੱਸਾ ਲਓ ਸ਼ਾਂਤਮਈ ਢੰਗ ਨਾਲ ਮਾਰਚ ਕੱਢਣੀ ਆ ਜੀ ਦਿੱਲੀ ਵਾਲੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ ਉਮੀਦ ਲਾਉਂਦੇ ਹੋ ਇਸ ਵਾਰ ਵੀ ਦਿੱਲੀ ਵਾਲੇ ਲੋਕ ਵੀ ਤੁਰੇ ਜਾਂਦੇ ਆ ਤਾਂ ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰਨਗੇ ਅਸੀਂ ਉਸ 26 ਦੀ ਪਰੇਡ ਦੇ ਵਿੱਚ ਸ਼ਾਮਲ ਸੀ ਔਰ ਫਰੰਟ ਤੇ ਸੀ ਤੇ ਅਸੀਂ ਜਦੋਂ ਉਹਨਾਂ ਨੇ ਜੋ ਸਾਡਾ ਮਾਨ ਸਨਮਾਨ ਕਰਿਆ ਮੇਰੇ ਦੋਸਤ ਜਿਹੜੇ ਉਹ ਡਰਾਈਵ ਕਰ ਰਹੇ ਨੇ ਟਰੈਕਟਰ ਚਲਾ ਰਹੇ ਨੇ ਉਹ ਨਾਲ ਸੀ ਅਸੀਂ ਭਾਵਕ ਹੋ ਕੇ ਅੱਖਾਂ ਭਰ ਆਈਆਂ ਸੀ ਸਾਡੀ ਮਤਲਬ ਕਿ ਉਹ ਕਹਿੰਦੇ ਸੀ ਵੀ ਪਤਾ ਨਹੀਂ ਅਸੀਂ ਤੁਹਾਡੇ ਲਈ ਕੀ ਕਰ ਦਈਏ ਇੰਨਾ ਮਾਨ ਸਨਮਾਨ ਜਿਹੜਾ ਕਰੇ ਸੋਚ ਨਹੀਂ ਸੀ ਸਕਦੇ ਅਸੀਂ ਇਹ ਦਿੱਲੀ ਦੇ ਲੋਕਾਂ ਦੇ ਕਰਜ਼ਦਾਰ ਹਾਂ ਇਸ ਪੱਖ ਤੋਂ ਦਿੱਲੀ ਦੇ ਲੋਕਾਂ ਦੇ ਕਰਜ਼ਦਾਰ ਹਾਂ ਵੀ ਉਹਨਾਂ ਦਾ ਅਹਿਸਾਨ ਆ ਸਾਡੇ 'ਤੇ ਜਿਹੜਾ ਇੰਨਾ ਮਾਨ ਸਨਮਾਨ ਦੇ ਰਹੇ ਨੇ ਚਾਹੇ ਉਹ ਡਿਸਟਰਬ ਹੋ ਰਹੇ ਕੁਛ ਨੇ ਪਰ ਉਹ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਜੋ ਕਰ ਰਹੇ ਹੋ ਸਹੀ ਹੋ ਆਪਣੇ ਹੱਕਾਂ ਲਈ ਲੜ ਰਹੇ ਪੂਰਾ ਜਨ ਅੰਦੋਲਨ ਬਣ ਗਿਆ ਪੂਰੇ ਭਾਰਤ ਲੜੀ ਹਰ ਇੱਕ ਦੇ ਬਿਜ਼ਨਸਮੈਨ ਆ ਚਾਹੇ ਕੋਈ ਹਰ ਇੱਕ ਰਿਹਾ ਜੋ ਕਿਸੇ ਨਾਲ ਤਾਂ ਕੌ ਰਿਹਾ ਉਹ ਸਾਰਾ ਲੜਾਈ ਲੜ ਰਹੇ ਹੋ ਜੀ ਦੇਖ ਲਓ ਵੀਰ ਚੜ੍ਹਦੀ ਕਲਾ ਦੇ ਵਿੱਚ ਨੇ ਟਰੈਕਟਰ 'ਤੇ ਜਾ ਰਹੇ ਇਸ ਵੇਲੇ ਟਰਾਲੀ ਦੇ ਵਿੱਚ ਖੜ੍ਹੇ ਹਾਂ ਵੀਰਾਂ ਦਾ ਕਹਿਣਾ ਹੈ ਬਈ ਜਨ ਅੰਦੋਲਨ ਬਣ ਗਿਆ ਹੈ ਸਾਰੇ ਇਕੱਠੇ ਹੋ ਕੇ ਸੰਸਦ ਨੂੰ ਘੇਰਨ ਦੇ ਵੱਲ ਨੂੰ ਬਹੀਰਾ ਕੱਤਣਗੇ ਜਾਬਤੇ ਦੇ ਵਿੱਚ ਰਹਿਣਗੇ ਨੌਜਵਾਨ ਕੋਈ ਹੁੱਲੜਬਾਜ਼ੀ ਨਹੀਂ ਹੋਏਗੀ ਕਿਸਾਨ ਜਥੇਬੰਦੀਆਂ ਦਾ ਜਿੱਦਾਂ ਹੁਕਮ ਹੋਏਗਾ ਜਿਹੜੀ ਤਰੀਕ ਦਿੱਤੀ ਜਾਏਗੀ ਜਿਵੇਂ ਵੀ ਜਾਣ ਦਾ ਹੁਕਮ ਹੋਏਗਾ ਉਸੇ ਤਰ੍ਹਾਂ ਸਾਡੀ ਫੁੱਲ ਤਿਆਰੀ ਹੈ ਕਮਰ ਜਿਹੜੀ ਹੈ ਉਹ ਕਸੇ ਅਸੀਂ ਕਰੇ ਹੋਏ ਨੇ ਦਿੱਲੀ ਦੇ ਲੋਕਾਂ ਤੋਂ ਅਜੇ ਵੀ ਆਸ ਲਾਈ ਬੈਠੇ ਨੇ ਵੀ ਹਾਂ
सानू पक्की उम्मीद है भी दिल्ली के लोग पहलां दी तरह सानू प्यार देंगे। इस तरह होर तस्वीरां तुहाडे नाल सांझियां करांगे। आउण वाले दे समें दी पल पल दी खबर जिवें चार महीनों तो तुहाडे नाल सांझी कर रहे हैं, हुण भी नाल दी नाल सांझी करदे रहांगे। मैं अमरप्रीत सिंह गुजरवाल कुंडली बार्डर तो, तुसीं देख रहे हो सुरखाब टीवी।